ਸਤਿ ਸ਼੍ਰੀ ਅਕਾਲ ਮੈਂ ਹਾਂ ਕਿਰਨ ਤੇ ਤੁਸੀਂ ਦੇਖ ਰਹੇ ਹੋ ਹੌਟ ਨਿਊਜ਼ ਇੰਡੀਆ ਟੀਵੀ। ਲੁਧਿਆਣਾ ਦੇ ਤਾਂਦਰਾ ਰੋਡ ਤੇ ਸ਼ਹੀਦ ਭਗਤ ਸਿੰਘ ਨਗਰ ਇਲਾਕੇ ਚ ਐਨਜੀਓ ਸੇਵ ਦਾ ਲਾਈਫ ਅਤੇ ਪਿੰਡ ਦੇ ਲੋਕਾਂ ਨੇ ਨਸ਼ਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਉਹਨਾਂ ਪ੍ਰਣ ਕੀਤਾ ਕਿ ਇਲਾਕੇ ਵਿਚ ਨਸ਼ੇ ਦੇ ਸੌਦਾਗਰਾਂ ਖਿਲਾਫ ਉਹ ਮੁਹਿੰਮ ਛੇੜਨਗੇ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜੋ ਨੌਜਵਾਨ ਨਸ਼ੇ ਦੀ ਦਲਦਲ ਵਿਚ ਫਸੇ ਨੇ ਉਹਨਾਂ ਦਾ ਇਲਾਜ ਐਨਜੀਓ ਕਰਵਾਵੇਗੀ। ਇਸ ਦੌਰਾਨ ਉਹਨਾਂ ਪੁਲਿਸ ਦੇ ਸਹਿਯੋਗ ਨਾਲ ਮਿਲ ਕੇ ਇਸ ਮੁਹਿੰਮ ਨੂੰ ਅੱਗੇ ਵਧਾਉਣ ਦੀ ਗੱਲ ਕਹੀ ਹੈ। ਅਮਿਤ ਕੁਮਾਰ ਪ੍ਰਧਾਨ ਐਨਜੀਓ ਸੇਵ ਦਾ ਲਾਈਫ ਤੇ ਜਥੇਦਾਰ ਪਿੰਡ ਵਾਸੀ ਨੇ ਕੀ ਕਿਹਾ ਆਓ ਜਾਣਦੇ ਹਾਂ। ਹੌਟ ਨਿਊਜ਼ ਇੰਡੀਆ ਟੀਵੀ ਦੇ ਲਈ ਲੁਧਿਆਣਾ ਤੋਂ ਰਜਿੰਦਰ ਅਰੋੜਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਇੱਕ ਨਸ਼ੇ ਦੀ ਇੱਕ ਅਹਿਮ ਮਹਿਮ ਚਲਾਈ ਗਈ ਸੀ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ, ਇੱਕ ਸਾਡੇ ਚੌਂਕੀ ਇੰਚਾਰਜ ਸੀਗੇ ਗੁਰਚਰਨ ਸਿੰਘ ਆਤਮ ਪਾਰਕ ਤੋਂ, ਉਹਨਾਂ ਦੇ ਇੱਕ ਰੁਤਬੇ ਨੂੰ ਅਤੇ ਜਜ਼ਬੇ ਨੂੰ ਦੇਖਦੇ ਹੋਏ ਇੱਕ ਐਨਜੀਓ ਸੇਵ ਦਾ ਲਾਈਫ ਨਾਲ ਉਹਨਾਂ ਨਾਲ ਮਿਲ ਕੇ ਜੋ ਸਾਡੇ ਹੁਣ ਲੁਧਿਆਣੇ ਦੇ CP ਨੇ ਸਰਦਾਰ ਮਨਦੀਪ ਸਿੰਘ ਸਿੱਧੂ, ਉਹਨਾਂ ਦੀ ਇੱਕ ਹੌਸਲਾ ਵਧਾਈ ਨੇ ਸਾਨੂੰ ਅੱਗੇ ਤੋਰਿਆ ਵੀ ਜਿਹੜਾ ਆਪਣੇ ਨਸ਼ੇ ਦਾ ਦਰਿਆ ਵਾ ਪੰਜਾਬ ਦੇ ਵਿੱਚ ਕਿਸ ਹਿਸਾਬ ਨਾਲ ਬਹੁਤ ਵੱਧ ਗਿਆ ਵਾ, ਉਹਨੂੰ ਘਟਾਉਣ ਦੇ ਲਈ, ਉਹਨੂੰ ਖਤਮ ਕਰਨ ਦੇ ਲਈ, ਇਹ ਨਹੀਂ ਆ ਵੀ ਪੁਲਿਸ ਪ੍ਰਸ਼ਾਸਨ ਹੀ ਤੁਰੀ ਫਿਰੇ, ਇਹ ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਜਿਹੜੀਆਂ NGO ਚਲਾ ਰਹੇ ਹਾਂ ਜਾਂ ਮੇਨ ਅਹੁਦੇਦਾਰੀਆਂ ਦੇ ਬੰਦੇ ਹੈਗੇ ਹਾਂ ਜਾਂ ਘਰ ਘਰ ਦੇ ਨਾਗਰਿਕ ਹੈਗੇ ਹਾਂ, ਅਤੇ ਇਹ ਜਿਹੜੀ ਨਸ਼ੇ ਦੀ ਆ ਇਹ ਸਾਨੂੰ ਘਰ ਘਰ ਵਿੱਚ ਵੜ ਕੇ ਖਤਮ ਕਰਨਾ ਚਾਹੀਦਾ ਵੀ ਇੱਕ ਇੱਕ ਬੰਦੇ ਨੂੰ ਗਲੀ ਦੇ ਵਿੱਚ ਪਹਿਰਾ ਦੇਣਾ ਚਾਹੀਦਾ ਵੀ ਤਾਂ ਜੋ ਨਸ਼ਾ ਵੇਚਣ ਵਾਲੇ ਉਹਨਾਂ ਨੂੰ ਇੱਕ ਜੇਲ੍ਹ ਦੇ ਅੰਦਰ ਕੀਤਾ ਜਾਵੇ, ਜੋ ਨਸ਼ਾ ਕਰਦੇ ਨੇ ਉਹਨਾਂ ਨੂੰ ਸੈਂਟਰਾਂ ਦੇ ਵਿੱਚ ਭੇਜਿਆ ਜਾਵੇ। ਇਸ ਲਈ ਅੱਜ ਜਿਹੜੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਇਹ ਹੁਣ ਪ੍ਰੋਪਰ ਤੌਰ 'ਤੇ ਕੀਤੀਆਂ ਜਾਣਗੀਆਂ, ਅਲੱਗ ਅਲੱਗ ਵਾਰਡਾਂ ਦੇ ਵਿੱਚ ਕੀਤੀਆਂ ਜਾਣਗੀਆਂ। ਕਿਉਂਕਿ ਦੇਖੋ ਸਰਕਾਰ ਦੇ ਵੇ ਕੋਈ ਹੋਰ ਵੀ ਕੰਮ ਨੇ, ਸਰਕਾਰਾਂ ਤਾਂ ਹੁਣ ਆਪਣਾ ਕੋਈ ਉੱਧਰੋਂ ਫੜ ਲਿਆ ਕੋਈ ਇੱਧਰੋਂ ਫੜ ਲਿਆ, ਇਸ ਰਾਜਨੀਤੀ ਵੱਲ ਤੁਰੇ ਹੋਏ ਨੇ। ਜਿਹੜੀ ਅੱਜ ਸਾਡੀ NGO ਆ ਸੇਵ ਦਾ ਲਾਈਫ NGO, ਇਹਨਾਂ ਦਾ ਇੱਕੋ ਹੀ ਮਕਸਦ ਹੁਣ ਅਸੀਂ ਤੁਰੇ ਹਾਂ ਲੈ ਕੇ ਵੀ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣਾ ਅਤੇ ਰੰਗਲਾ ਪੰਜਾਬ ਬਣਾਉਣਾ। ਅੱਜ ਕਿਹੜੀ ਜਗ੍ਹਾ 'ਤੇ ਮੀਟਿੰਗ? ਅੱਜ ਜਿਹੜੀ ਇਹ ਮੀਟਿੰਗ ਹੈਗੀ ਹੈ ਇਹ ਤਾਂਦਰਾ ਰੋਡ 'ਤੇ ਸਾਡੇ ਪੰਜਾਬ ਦੇ ਜਥੇਬੰਦੀਆਂ ਦੇ ਪ੍ਰਧਾਨ ਆਪਣੇ ਜਥੇਦਾਰ ਮੰਗਲ ਸਿੰਘ ਜੀ ਦੇ ਦਫ਼ਤਰ ਹੈ ਤਾਂਦਰਾ ਰੋਡ 'ਤੇ। ਅੱਜ ਇਹਨਾਂ ਨੇ ਅਹਿਮ ਮੀਟਿੰਗ ਜਿਹੜੀ ਇੱਕ ਰੱਖੀ ਸੀ ਯੂਥ ਨੂੰ, ਇੱਕ ਅਸੀਂ ਅਗਵਾਹ ਕਰ ਰਹੇ ਹਾਂ ਭਾਈ ਜਿਹੜਾ ਨਸ਼ਾ ਵਾ ਨਸ਼ਾ ਕਿਸ ਹਿਸਾਬ ਤੱਕ ਵੱਧ ਗਿਆ ਅਤੇ ਕਿਸ ਹਿਸਾਬ ਨਾਲ ਅਸੀਂ ਛੱਡ ਸਕਦੇ ਹਾਂ, ਅਤੇ ਅਸੀਂ ਅੱਗੇ ਵੀ ਅਪੀਲ ਕੀਤੀ ਸੀ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਸਾਡੀ NGO ਵੱਲੋਂ ਉਹਦਾ ਫ੍ਰੀ ਆਫ ਕੋਸਟ ਇਲਾਜ ਵੀ ਕਰਾਇਆ ਜਾਂਦਾ ਵੀ ਕੋਈ ਵੀ ਨਸ਼ਾ ਛੱਡਣ ਵਾਲਾ ਹੋਵੇ, ਕਿਸੇ ਮੇਰੀ ਮਾਂ ਦਾ ਕਿਸੇ ਮੇਰੀ ਭੈਣ ਦਾ ਕੋਈ ਬੱਚਾ ਨਸ਼ੇ ਦੇ ਦਲਦਲ ਵਿੱਚ ਫਸਿਆ ਵਾ ਉਹ ਨਸ਼ਾ ਛੱਡਣਾ ਚਾਹੁੰਦਾ ਉਹ ਸਾਡੇ ਨਾਲ ਸੰਪਰਕ ਕਰੇ ਅਤੇ ਅਸੀਂ ਉਹਦਾ ਫ੍ਰੀ ਆਫ ਕੋਸਟ ਜਿਹੜਾ ਇਲਾਜ ਆ, ਇਹ ਨਹੀਂ ਆ ਵੀ ਸਿਵਲ ਹੋਸਪਿਟਲ ਦੇ ਵਿੱਚ ਪਾ ਦਾਂਗੇ ਜਿੱਥੇ ਕਿ ਮਰੀਜ਼ਾਂ ਨੂੰ ਪੁੱਛਿਆ ਹੀ ਨਹੀਂ ਜਾਂਦਾ, ਮਰੀਜ਼ਾਂ ਨੂੰ ਪੁੱਛਿਆ ਨਹੀਂ ਜਾਂਦਾ ਉੱਥੇ ਇੱਕ ਮਰੀਜ਼ ਲਿਜਾਣ ਦੀ ਇਹ ਗੱਲ ਹੈ ਵੀ ਉੱਥੋਂ ਮਰਿਆ ਹੋਇਆ ਵਾਪਸ ਲੈ ਕੇ ਆਉਣਾ। ਜਿਹੜੇ ਸਿਵਲ ਹੋਸਪਿਟਲ ਆ, ਮੈਂ ਫਿਰ ਇੱਕ ਵਾਰੀ ਕਹਿ ਰਿਹਾ ਵਾਂ, ਆਏ ਦਿਨ ਸਿਵਲ ਹੋਸਪਿਟਲ ਦਾ ਖੁਲਾਸਾ ਬਹੁਤ ਵੱਡੇ ਲੈਵਲ 'ਤੇ ਕੀਤਾ ਜਾਊਗਾ। ਜੋ ਕਹਿੰਦੇ ਨੇ ਪੰਜਾਬ ਸਰਕਾਰ ਅਤੇ MLA ਸਾਹਿਬ ਦਾਅਵੇ ਕਰ ਰਹੇ ਨੇ ਵੀ ਸਿਵਲ ਹੋਸਪਿਟਲ ਦੇ ਵਿੱਚ ਨਸ਼ਾ ਛਡਾਉਣ ਲਈ ਬਹੁਤ ਵੱਡੀਆਂ ਵੱਡੀਆਂ ਇੱਕ ਸਕੀਮਾਂ ਕੀਤੀਆਂ ਜਾ ਰਹੀਆਂ ਨੇ, ਪਰ ਆਏ ਦਿਨ ਸਿਵਲ ਹੋਸਪਿਟਲ ਦੇ ਵਿੱਚ ਬਹੁਤ ਵੱਡਾ ਖੁਲਾਸਾ ਕੀਤਾ ਜਾਊਗਾ ਵੀ ਨਸ਼ਾ ਕਰਨ ਵਾਲਿਆਂ ਨਾਲ ਵਿਚਾਰਿਆਂ ਨਾਲ ਕਿੱਦਾਂ ਦਾ ਵਾਤਾਵਰਣ ਕੀਤਾ ਜਾ ਰਿਹਾ, ਉਹਨਾਂ ਨੂੰ ਵਾਕਿਆ ਯਕੀਨ ਦਵਾਇਆ ਜਾ ਰਿਹਾ ਵੀ ਤੁਸੀਂ ਨਸ਼ੇੜੀ ਹੋ ਅਤੇ ਦਲਦਲ ਵਿੱਚ ਫਸ ਚੁੱਕੇ ਹੋ, ਅਸੀਂ ਤੁਹਾਨੂੰ ਕੱਢ ਨਹੀਂ ਸਕਦੇ। ਅੱਜ ਅਸੀਂ ਇਸ ਪਿੰਡ ਦੇ ਵਿੱਚ ਨੌਜਵਾਨ ਯੂਥ ਨੂੰ ਲੈ ਕੇ ਇੱਕ ਪ੍ਰਣ ਵੀ ਕੀਤਾ ਵਾ ਵੀ ਜਿਹੜਾ ਇੱਕ ਨਸ਼ਾ ਇਹਨੂੰ ਜੜ੍ਹ ਤੋਂ ਖਤਮ ਕੀਤਾ ਜਾਊਗਾ, ਜਿਹੜਾ ਬੱਚਾ ਦਲਦਲ ਵਿੱਚ ਫਸਿਆ ਉਹਦਾ ਇਲਾਜ ਵੀ ਕਰਾਇਆ ਜਾਊਗਾ। ਜਿਹੜੇ ਨਸ਼ੇ ਮਤਲਬ ਕਰਵਾ ਰਹੇ ਨੇ ਨਸ਼ਾ, ਦੇਖੋ ਕੌਣ ਕਰਵਾ ਰਿਹਾ, ਇਹ ਜਿਹੜੇ ਵੱਡੇ ਤਸਕਰ ਨੇ ਉਹ ਆਪਣੀ ਇੱਕ ਇਹ ਚੀਜ਼ ਨੂੰ ਵਧਾਉਣ ਦੇ ਲਈ, ਇੱਕ ਪੈਸੇ ਨੂੰ ਵਧਾਉਣ ਦੇ ਲਈ, ਇਨਕਮ ਨੂੰ ਵਧਾਉਣ ਦੇ ਲਈ ਨਸ਼ਾ ਵਿਕਵਾ ਰਹੇ ਨੇ, ਪਰ ਉਹ ਹੁਣ ਬੰਦ ਕੀਤਾ ਜਾਊਗਾ। ਇਸ ਲਈ ਨਸ਼ੇ ਦੇ ਪ੍ਰੋਗਰਾਮ ਨੂੰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਲੈਵਲ ਦਾ ਪ੍ਰੋਗਰਾਮ ਕਰਨ ਲੱਗੇ ਹਾਂ। ਸੇਵ ਦਾ ਲਾਈਫ NGO ਵੱਲੋਂ, ਪੁਲਿਸ ਪ੍ਰਸ਼ਾਸਨ ਵੱਲੋਂ ਦਾਣਾ ਮੰਡੀ ਵਿਖੇ ਬਹੁਤ ਵੱਡੇ ਲੈਵਲ ਦਾ ਪ੍ਰੋਗਰਾਮ ਕੀਤਾ ਜਾਊਗਾ, ਅਤੇ ਮੈਂ ਇੱਕ ਆਪਣੇ ਦਿਲ ਦੀ ਗਹਿਰਾਈਆਂ ਤੋਂ ਸਾਰੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਮੇਰੇ 'ਤੇ ਵੀ ਮਾੜਾ ਸਮਾਂ ਆਇਆ ਸੀ, ਨਸ਼ੇ ਦਾ ਮੁਕੱਦਮਾ ਚੱਕਿਆ ਸੀਗਾ ਨਸ਼ੇ ਦਾ ਮੁੱਦਾ, ਅਤੇ ਮੇਰੇ 'ਤੇ ਵੀ ਮਾੜਾ ਸਮਾਂ ਆਇਆ ਸੀ, ਪਰ ਮੈਂ ਡਰਨ ਵਾਲਿਆਂ 'ਚੋਂ ਨਹੀਂ। ਸੋ ਇਸ ਲਈ ਮੈਂ ਇੱਕ ਜਿਹੜਾ ਚੌਥਾ ਥੰਮ ਆ ਮੀਡੀਆ ਉਹਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਵੀ ਉਹਨਾਂ ਨੇ ਅੱਜ ਵੀ ਉਸੇ ਤਰ੍ਹਾਂ ਇਕੱਠੇ ਹੋ ਕੇ
मेरे नाल खड़े ने, मैं उन्हों का गिल दे दिल दिया गहराइया तो धन्यवाद करदा। वाहेगुरु जी का खालसा वाहेगुरु जी की फतेह। अज साडे एनजीओ के प्रधान अमित कुमार जी ने कि साडा जिहड़ा संजोग शुरू तो साडे नाल दे रहे ने, तो असी इन्हां दे बहुत धन्यवादी हाँ कि जो नशियां दे जिहड़े मुंडे अजकल दलदल दे विच फस गए ने उन्हां नूं जागरूकत करन वास्ते असी जिहड़ा अपना सारा यूथ आ इह इकट्ठा कीता, तो इकट्ठा करके असी महला निवासियों ने भी बेनती करते हैं कि तुसीं भी हर एक का साथ दे के जिहड़ा साडे महल्लिआं विच नशा विकदा इन्हां नूं तुरंत तौर पर जिहड़े भी बंदे वेचदे ने उन्हां नूं फड़ाया जाए, उन्हां नूं सलाखां दे अगर भेजा जाए, जो साडा जिहड़ा महला जां जां होर पिंडां दे साहिं लुधियाणे दे पिंड ने असीं सारिआं नूं ही बेनती करदे हाँ कि पिंड पिंड सारे जणे उठो भाई, इदां ही यूथ इकट्ठा करो, इकट्ठा करके ये नशा मुक्त अपना फिर होना। जे आपां ये चाहुंदे आ नशा असीं साडे बच्चे जिहड़े आ अज्ज दी पीढ़ी जिहड़ी आ ये सब नशिआं दे विच टुन होई फिरदी आ, कोई किसे नूं नहीं हटा सकदा। साडे महल्लिआं 'च अहीं कहीए ना नशा नशा बहुत आ, ये नहीं भी नहीं हैगा। अज्ज प्रण कीता तुसीं सारिआं नूं नौजवानां दे नाल, असीं सारे नौजवानों ने पन किया कि साड़ी एनजीओ अपने अमित कुमार जी आते हैं भी जो भी जो नशा बंदा लग्या वो साढ़े को आओ, असी नशा भी छुड़ावे, तो असी जो भी वह कोई खर्चा वर्चा जो भी वह घर नहीं चलता जोड़ा बच्चा कला कला वह घर भी चलावे।